ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਭਗਤ ਕਬੀਰ ਜੀ ਕਿਤੇ ਗੰਗਾ ਦੇ ਤੱਟ ਤੇ ਬੈਠੇ ਸਨ ਸਵੇਰ ਦਾ ਟਾਈਮ ਸੀ ਸ਼ਿਵਰਾਤਰੀ ਦਾ ਦਿਨ ਸੀ ਉਹਨਾਂ ਦੇ ਕੋਲ ਪੰਜੀ ਸਾਧਵਾਂ ਨੂੰ ਕਿਹਾ ਏ ਕਿ ਅੱਜ ਦੁਪਹਿਰ ਨੂੰ ਭੋਜਨ ਸਾਡੇ ਕਰੀ ਕਰਨਾ ਉਹਨਾਂ ਸਾਧਵਾਂ ਦੇ ਚਾਰ ਪੰਜ ਮਿੱਤਰ ਹੋਰ ਆਏ ਉਹ ਵੀ ਆਏ ਹੋਏ ਸਨ ਉਹਨਾਂ ਰਾਈ ਗੱਲ ਸਾਰੇ ਬਨਾਰਸ ਵਿੱਚ ਫੈਲ ਗਈ ਪਹੁੰਚ ਗਏ ਸਤ ਤੋਂ ਜੋ ਹੁੰਦਾ 70 ਤੋਂ 80 ਜਣੇ ਉੱਥੇ ਐਨੀ ਭੀੜ ਦੇਖ ਕੇ ਕਬੀਰ ਜੀ ਤਾਂ ਘਰੋਂ ਨਿਕਲ ਗਏ ਪੰਜੀਤੀ ਆਦਮਿਆਂ ਦਾ ਭੋਜਨ ਬਣਾਇ ਸੀ ਅਚਾਨਕ ਇੰਨਾ ਹੋਰ ਜਣੇ ਆ ਗਏ ਕੀ ਬਣਾ ਸਕਾਂਗੇ ਕੀ ਲਿਆ ਸਕਾਂਗੇ ਇਤਨੀ ਵਿਆਸਤ ਨਹੀਂ ਸੀ ਇਤਨੀ ਮਾਇਆ ਵੀ ਨਹੀਂ ਸੀ ਕੀ ਕਰੇ ਕਹਿੰਦੇ ਸ਼ਰਮਸਾਰ ਹੋ ਕੇ ਘਰੋਂ ਨਿਕਲ ਗਏ ਭਗਤ ਕਬੀਰ ਜੀ ਸ਼ਾਮਾ ਪੈ ਗਈਆਂ ਹੁਣ ਸੋਚਦੇ ਘਰ ਜਾਵਾਂ ਕਿ ਨਾ ਪਤਾ ਨਹੀਂ ਨਾ ਪੰਜੀਤੀਆਂ ਨੂੰ ਵੀ ਭੋਜਨ ਮਿਲਿਆ ਹੈ ਯਾਨੀ ਜਿਨ੍ਹਾਂ ਨੂੰ ਮੈਂ ਕਹਿ ਕੇ ਆਇਆ ਸੀ ਹੁਣ ਤਾਂ ਮੇਰਾ ਸਿਰ ਨੀਵਾ ਹੋ ਜਾਏਗਾ ਮੇਰਾ ਮਜ਼ਾਕ ਅੱਜ ਖੂਬ ਉਡਾਇਆ ਜਾਏਗਾ ਹੁਣ ਕਈਆਂ ਨੇ ਮੇਰਾ ਮਜ਼ਾਕ ਹੋਣਾ ਨੇ ਜਿਉਂ ਹੀ ਘਰ ਆਏ ਤਾਂ ਘਰ ਦੇ ਬਾਹਰ ਪਤਲਾ ਦਾ ਢੇਰ ਇੰਜ ਲੱਗਾ ਹੋਇਆ ਸੀ ਜਿਵੇਂ ਬਹੁਤ ਸਾਰੇ ਲੋਕ ਉਤਪੋਜਨ ਸ਼ੱਕ ਕੇ ਗਏ ਹੁਣ ਹੋਰ ਨੇੜੇ ਆਏ ਤਾਂ ਦੋ ਸੱਜਣ ਲੰਘਦੇ ਹੋਏ ਕਹਿ ਰਹੇ ਸਨ ਕਿ ਧੰਨ ਕਬੀਰ ਧੰਨ ਕਬੀਰ ਐਸਾ ਲੰਗਰ ਕਿ ਸਾਰਿਆਂ ਨੂੰ ਮਿਲਿਆ ਉਹਨਾਂ ਕਿਹਾ ਹੀ ਦਸ਼ਨਾ ਵੀ ਸਾਰਿਆਂ ਨੂੰ ਦਿੱਤੀ ਧੋਤੀਆਂ ਵੀ ਦਿੱਤੀਆਂ ਨੇ ਦੋ ਦੋ سونے ਦੀਆਂ ਮੋਹਰਾਂ ਵੀ ਦਿੱਤੀਆਂ ਨੇ ਧੰਨ ਕਬੀਰ ਧੰਨ ਕਬੀਰ ਕਹਿੰਦੇ ਹੋਏ ਨਿਕਲ ਗਏ ਘਰ ਪਹੁੰਚੇ ਤਾਂ ਮਾਂ ਬੜਾ ਖੁਸ਼ ਹੋ ਕੇ ਮਿਲੀ ਪਤਨੀ ਵੀ ਬੜੀ ਪਰਸੰਨ ਜਿਤ ਹੋ ਕੇ ਮਿਲੀ ਇਹ ਸਭ ਦੇਖ ਕੇ ਭਗਤ ਕਬੀਰ ਜੀ ਨੇ ਕਿਹਾ ਜੋ ਕੁਝ ਹੋਇਆ ਮੇਰੀ ਤਾਂ ਤੋਫੀਕ ਨਹੀਂ ਹੈ ਮੈਂ ਨਹੀਂ ਕਰ ਸਕਦਾ ਪਤਾ ਨਹੀਂ ਰੱਬ ਨੇ ਕੀ ਕਰ ਛੱਡਿਆ ਲੋਕ ਕਹੀ ਜਾਂਦੇ ਨੇ ਧੰਨ ਕਬੀਰ ਧੰਨ ਕਬੀਰ ਵਾਹਿਗੁਰੂ ਸਾਡੇ ਪਰਦੇ ਟੱਕਦੇ ਨੇ ਸਾਡੀ ਲਾਜ ਰੱਖਦੇ ਨੇ ਬਸ ਕੀ ਹੈ ਕਿ ਵਾਹਿਗੁਰੂ ਦਾ ਨਾਮ ਜਪੋ ਸੱਚ ਦੇ ਰਾਹ ਤੇ ਚੱਲੋ ਫਿਰ ਵਾਹਿਗੁਰੂ ਕਦੀ ਬਾਣ ਨਹੀਂ ਛੱਡਦੇ ਸਿਰ ਪਰੋਸੇ ਦੀ ਲੋੜ ਹੈ ਫਿਰ ਆਓ ਵਾਹਿਗੁਰੂ ਦੇ ਲੜ ਲੱਗ ਕੇ ਭਰੋਸਾ ਕਰੀਏ